ਟਾਡੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਖੋਲ੍ਹਿਆ ਮੋਰਚਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਗਿਆ ਸਮੇਂ ਦੀ ਮਿਆਦ ਦਾ ਅਲਟੀਮੇਟਮ। ਜਥੇਦਾਰ ਅਕਾਲ ਤਖਤ ਨੂੰ ਮੰਗਾਂ ਬਾਰੇ ਦਿੱਤੀ ਗਈ ਸੀ ਆਗਾਮੀ ਸੂਚਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਟਾਡੀਆਂ ਨੇ ਮੋਰਚਾ ਖੋਲ੍ਹ ਦਿੱਤਾ ਤੇ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਟਾਡੀ ਪੂਰੇ ਰੌਂ ਦੇ ਵਿੱਚ ਨੇ ਅਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਲਟੀਮੇਟਮ ਵੀ ਦਿੱਤਾ। ਬਕਾਇਦਾ ਇਸ ਚੀਜ਼ ਦੇ ਉੱਤੇ ਦੱਸਿਆਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕੁਝ ਉਹਨਾਂ ਦੇ ਵਿਚਾਰਕ ਮਤਭੇਦ ਨੇ ਤੇ ਜਿਸ ਦੇ ਨੂੰ ਲੈ ਕੇ ਢਾਡੀਆਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ ਤੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਤੇ ਇਸ ਧਰਨੇ ਦੇ ਦੌਰਾਨ ਢਾਡੀ ਸਭਾ ਦੇ ਮੁਖੀ ਨੇ ਜਿਹੜੇ ਬਲਦੇਵ ਸਿੰਘ ਐਮਏ ਉਹ ਮਰਨ ਵਰਤ ਤੇ ਬੈਠ ਗਏ ਨੇ ਅਤੇ ਢਾਡੀ ਸਭਾ ਵੱਲੋਂ ਇਹ ਰੋਸ ਧਰਨਾ ਜਿਹੜਾ ਵੀਰਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਬਾਹਰ ਸ਼ੁਰੂ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਇਹ ਵੀ ਹੈ ਕਿ ਢਾਡੀ ਜਿਹੜਾ ਜਥਾ ਉਹਦੇ ਸਭਾ ਜਿਹੜੀ ਢਾਡੀ ਜਥਾ ਸਭਾ ਉਹਦੇ ਮੁਖੀ ਨੇ ਭਾਈ ਬਲਦੇਵ ਸਿੰਘ ਉਹਨਾਂ ਨੇ ਗੱਲਬਾਤ ਕਰਦੇ ਇਹ ਵੀ ਸਾਹਮਣੇ ਕੀਤਾ ਕਿ ਢਾਡੀ ਸਭਾ ਦੀਆਂ ਮੰਗਾਂ ਨੂੰ ਲੈ ਕੇ ਪੱਕਾ ਧਰਨਾ ਸ਼ੁਰੂ ਕੀਤਾ ਗਿਆ ਅਤੇ ਧਰਨੇ ਦੇ ਦੌਰਾਨ ਢਾਡੀ ਬਾਣੀ ਦਾ ਪਾਠ ਕਰ ਰਹੇ ਨੇ ਅਤੇ ਇਹਦੇ ਨਾਲ ਨਾਲ ਇਹ ਵੀ ਜਾਰੀ ਹੈ ਕਿ ਇਹ ਧਰਨਾ ਰਾਤ ਦਿਨ ਜਾਰੀ ਰਹੂਗਾ ਅਤੇ ਉਹ ਮਰਨ ਵਰਤ ਦੌਰਾਨ ਸਿਰਫ ਪਾਣੀ ਹੀ ਪੀਣਗੇ ਅਤੇ ਸ਼੍ਰੋਮਣੀ ਕਮੇਟੀ ਨੂੰ ਇੱਕ ਅਲਟੀਮੇਟਮ ਦਿੱਤਾ ਗਿਆ ਅਤੇ ਇਹ ਅਲਟੀਮੇਟਮ ਇਸ ਤਰੀਕੇ ਦਾ ਕਿ ਇਹਦੇ 'ਚ ਮਰਨ ਵਰਤ ਜਿਹੜਾ ਉਹ 13 ਜੂਨ ਤੱਕ ਜਾਰੀ ਰਹੂਗਾ ਅਤੇ 14 ਜੂਨ ਨੂੰ ਉਹ ਆਤਮਦਾਹ ਕਰਨਗੇ ਜਿਸ ਵਾਸਤੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੋਊਗੀ ਇਹ ਸਰਦਾਰ ਭਾਈ ਬਲਦੇਵ ਸਿੰਘ ਨੇ ਕਿਹਾ ਅਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਜਿਹੜੇ ਉੱਥੇ ਦੇ ਜ਼ਿੰਮੇਵਾਰ ਲੋਕਾਂ ਦੇ ਉਹ ਨਾ ਜਲਦੀ ਹੀ ਜਨਤਕ ਕਰਨਗੇ ਕਿ ਕਿਹਨਾਂ ਲੋਕਾਂ ਨੇ ਇਹ ਜਿਹੜੀ ਜ਼ਿੰਮੇਵਾਰੀ ਜਿਹਨਾਂ ਦੇ ਕਾਰਨ ਇਹ ਧਰਨਾ ਲਗਾਇਆ ਗਿਆ ਅਤੇ ਅੱਜ ਧਰਮ ਪ੍ਰਚਾਰ ਕਮੇਟੀ ਦੇ ਇੱਕ ਮੈਂਬਰ ਦਾ ਪੁਤਲਾ ਵੀ ਸਾੜਿਆ ਗਿਆ ਅਤੇ ਉਹਨਾਂ ਦੋਸ਼ ਇਹ ਵੀ ਲਾਇਆ ਕਿ ਇਸ ਮੈਂਬਰ ਨੇ ਪ੍ਰੀਖਿਆ ਦੇ ਵਿੱਚ ਢਾਡੀ ਜਥੇ ਨੂੰ ਜਾਣ ਬੁੱਝ ਕੇ ਫੇਲ ਕੀਤਾ ਅਤੇ ਢਾਡੀ ਸਭਾ ਦੀਆਂ ਮੰਗਾਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਵਿਖੇ ਢਾਡੀ ਜਥਿਆਂ ਦੇ ਵਾਰਾਂ ਗਾਇਨ ਦੇ ਸਮੇਂ ਵਿੱਚ ਕੀਤੀ ਗਈ ਕਟੌਤੀ ਨੂੰ ਖਤਮ ਕੀਤਾ ਜਾਵੇ ਅਤੇ ਮੁੜ ਪਹਿਲਾਂ ਵਾਂਗ 9 ਘੰਟੇ ਦਾ ਸਮਾਂ ਇਹਨਾਂ ਨੂੰ ਢਾਡੀ ਜਥਿਆਂ ਨੂੰ ਦਿੱਤਾ ਜਾਵੇ ਤਾਂ ਜੋ ਉਹ ਇਸ ਸਿੱਖ ਇਤਿਹਾਸ ਦਾ ਜੋ ਵੀ ਵਾਰਾਂ ਗਾਉਂਦੇ ਨੇ ਜਿਹਨਾਂ ਬਾਰੇ ਉਹ ਆਪਣੀ ਸੰਗਤ ਨੂੰ ਦੱਸ ਸਕਣ ਅਤੇ ਗੁਰਪੁਰਬ ਦੇ ਜਿਹੜੇ ਹੋਰ ਦਿਨ ਨੇ ਜਾਂ ਹੋਰ ਤਿਉਹਾਰ ਨੇ ਉਹਨਾਂ 'ਤੇ ਜਿਹੜੀ ਮਿਲਦੀ ਭੇਟ ਹੈ ਉਹਨੂੰ ਮੁੜ ਚਾਲੂ ਕੀਤਾ ਜਾਵੇ ਕਿ ਉਹ ਉਹਨਾਂ ਦੇ ਵੱਲੋਂ ਬੰਦ ਕਰ ਦਿੱਤੀ ਗਈ ਹੈ ਅਤੇ ਨਾਲ ਨਾਲ ਇਹ ਵੀ ਹੈ ਕਿ ਇਹ ਧਰਨਾ ਜਿਹੜਾ ਆਰੰਭ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣੀਆਂ ਮੰਗਾਂ ਦੇ ਬਾਰੇ ਸ਼੍ਰੋਮਣੀ ਕਮੇਟੀ ਦੇ ਇੱਕ ਵਧੀਕ ਸਕੱਤਰ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੂਚਿਤ ਕੀਤਾ ਗਿਆ ਸੀ ਪਰ ਉਹਨਾਂ ਵੱਲੋਂ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ਆਇਆ ਅਤੇ ਉਹਨਾਂ ਦੱਸਿਆ ਕਿ ਇੱਕ ਪੁਲਿਸ ਅਧਿਕਾਰੀ ਵੱਲੋਂ ਉਹਨਾਂ ਨੂੰ ਧਰਨੇ ਦਾ ਸਥਾਨ ਬਦਲਣ ਦੀ ਹਦਾਇਤ ਵੀ ਕੀਤੀ ਗਈ ਹੈ ਅਤੇ ਜੇ ਅੱਗੇ ਗੱਲ ਕਰ ਲਈਏ ਤਾਂ ਸ਼੍ਰੋਮਣੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੇ ਪ੍ਰਤਾਪ ਸਿੰਘ ਉਹਨਾਂ ਨੇ ਇਸ ਗੱਲ ਦੇ ਨਾਲ ਨੂੰ ਗੰਭੀਰਤਾ ਨਾਲ ਲਿਆ ਅਤੇ ਉਹਨਾਂ ਨੇ ਗੱਲ ਕਹੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਢਾਡੀ ਵਾਰਾਂ ਦਾ ਗਾਇਨ ਕਰਨ ਵਾਲੀਆਂ 2 ਢਾਡੀ ਜਥੇਬੰਦੀਆਂ ਨੇ ਤਾਂ ਇਹਨਾਂ ਦੇ ਮਾਮਲਿਆਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਅਤੇ ਜਿਸ ਨਾਲ ਇੱਕ ਢਾਡੀ ਸਭਾ ਸਹਿਮਤ ਹੈ ਜਦੋਂ ਕਿ ਦੂਜਾ ਢਾਡੀ ਜਥਾ ਅਸਹਿਮਤ ਹੈ ਅਤੇ ਭਲਕੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਦੇ ਨਾਲ ਜਿਹੜੀ ਹੈ ਢਾਡੀਆਂ ਦੇ ਇੱਕ ਮਸਲੇ ਬਾਰੇ ਗੱਲ ਕਰਨਗੇ ਅਤੇ ਉਹ ਤੋਂ ਬਾਅਦ ਇਹ ਫੈਸਲਾ ਅੱਗੇ ਜਿਹੜਾ ਉਹ ਕਰ ਦਿੱਤਾ ਜਾਊਗਾ ਪਰ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਢਾਡੀ ਜਥਿਆਂ ਨੂੰ ਦੁਬਾਰਾ ਇਹ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਮੋਰਚਾ ਖੋਲ੍ਹਿਆ ਅਤੇ ਸਵਾਲ ਖੜ੍ਹਾ ਹੁੰਦਾ ਕਿ ਮੋਰਚਾ ਖੋਲ੍ਹਣ ਦੀ ਲੋੜ ਹੀ ਕਿਉਂ ਪਈ ਜਦਕਿ ਲੱਗਦਾ ਕਿਤੇ ਨਾ ਕਿਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਸਮੇਂ ਦੇ ਵਿੱਚ ਜਾਂ ਜਿਹੜੇ ਤਿੱਥ ਤਿਉਹਾਰ ਨੇ ਅਤੇ ਗੁਰਪੁਰਬ ਨੇ ਜਾਂ ਜਿਹੜਾ ਘੱਲੂਘਾਰਾ ਦਿਵਸ ਹੈ ਜਾਂ ਉਹਨਾਂ ਦੇ ਕੁਝ ਕਿਸੇ ਵੀ ਤਰ੍ਹਾਂ ਦੇ ਅਕਾਲ ਤਖਤ ਸਾਹਿਬ ਦੇ ਉੱਤੇ 9 ਘੰਟੇ ਜਿਹੜਾ ਉਹਨਾਂ ਨੂੰ ਸਮਾਂ ਉਹਨਾਂ ਨੇ ਮੰਗਿਆ ਹੋਇਆ ਤਾਂ ਉਸ ਸਮੇਂ ਦੇ ਉੱਤੇ ਜਿਹੜੀ ਕਟੌਤੀ ਕੀਤੀ ਗਈ ਅਤੇ ਬਾਕੀ ਜਿਹੜੇ ਭੇਟਾਂ ਮਿਲਦੇ ਸੀਗੇ ਤਿਉਹਾਰਾਂ ਤਿੱਥਾਂ ਤਿਉਹਾਰਾਂ ਦੇ ਉੱਤੇ ਉਹਦੇ ਵਿੱਚ ਵੀ ਜਿਹੜੀ ਆ ਭੇਟਾਂ ਉਹਨਾਂ ਨੂੰ ਮੁੜ ਚਾਲੂ ਕਰਨ ਦੀ ਗੱਲ ਢਾਡੀ ਜਥਿਆਂ ਵੱਲੋਂ ਕਹੀ ਗਈ ਹੈ ਅਤੇ ਇਹਦੇ ਲਈ ਕਿਹਾ ਗਿਆ ਕਿ ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਗਾਮੀ ਸੂਚਨਾ ਦਿੱਤੀ ਗਈ ਸੀ ਪਰ ਉਹਦੇ ਵਾਸਤੇ ਕੋਈ ਹੱਲ ਨਹੀਂ ਨਿਕਲ ਸਕਿਆ।